बीबी कौला जी भलाई केंद्र ट्रस्ट चैरिटेबल अते भाई साहब भाई गुर इकबाल सिंह जी वालों मनुखता दी भलाई हित कीते जा रहे कई कारजां दी सेवा गुरु साहब जी लै रहे हैं। पूरे भारत विच 18 वक वक भलाई केंद्रां राही तकरीबन 5000 तो भी वध विधवा बीबियां फ्री राशन प्राप्त कर रही हैं। वक वक थावां ते 3 चैरिटेबल हस्पताल श्री दरबार साहिब अमृतसर विखे दूरों आउण वाली संगत दे ठहरन लई हर सहूलत नाल लैस 2 सारावां श्री अमृतसर साहिब विखे CBSE ते आधारित 3 बीबी कौला जी पब्लिक स्कूल, लोड़वंद बच्चियां लई श्री अमृतसर साहिब विखे ही फ्री कंप्यूटर अते ड्रेस डिजाइनिंग सेंटर अते नाल ही नौजवान बच्चे बच्चियां नूं गुरबाणी अते इतिहास नाल जोड़न लई चलाईयां गईयां कई लहरां दी सेवा भी सतगुरु जी ने ट्रस्ट कोलों लई है अते हुण भी लै रहे हन। अते इन्हां तों इलावा कई इतिहास गुरुद्वारा साहिबान दी कार सेवा अते अमृतसर साहिब दे शहर दे चौंकां नूं सुंदर बनाउण दी सेवा भी गुरु साहिब जी ट्रस्ट कोलों लै रहे हन। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ ਹਰ ਘੜੀ ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, जीवन से दा पाक दूजा अते श्री गुरु नानक देव जी दे स्कूल दियां 15 क्लासां। ट्रस्ट कोलों किताबां मंगवाउण लई संपर्क करो 98-765-25-850। कौला जी भलाई केंद्र ट्रस्ट अते भाई गुरु इकबाल सिंह जी दी अनमुली देन धार्मिक रसाला सिफत सलाह। इस विच अध्यात्मिक विचार, 5 खंड की हन, निमरता, निर्वैरता, दया, धीरज, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98-765-25-850। ਵਾਹਿਗੁਰੂ ਜੀਓ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ 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 ਹਰ ਕਿਰਪਾ ਜਾਂ ਪਰ ਦੇਖਾਂ ਤਾਂ ਮੇਰਾ ਅੱਲੋ ਪ੍ਰੀਤਮ ਕੇ
तेरे बेहून कते सुख पाए जा होए कृपाल प्रभु मिलाए विदन खुई मुंद केली ना को सती ना को बेली कर कृपा प्रभु सत्संग मेली जा फिर देखा ता मेरा लो बेली वाट हमारी खरी उड़ीनी खने उत्की बहुत पैनी उस ऊपर है मार्ग मेरा शेख फरीदा पंथ समार सवे सवेरा कर कृपा प्रभु बाबा कर जा कर देखा ता मेरा अल्लो फिर देखा ता मेरा अल्लो बेले जा फिर देखा ता मेरा अल्लो बेले कर कृपा प्रभु साध संग कर साध संग मिली साध संग मिली साध संग मिली साध संग मिले कर कृपा प्रभु साध संग कर कृपा प्रभु साध संग हांजी कर कृपा प्रभु साध संग मेरी 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 सारी संगत कलगियां वाले पिता जी दे प्यार विच गज के आखो सतनाम जिन्हां ने नई हाजरी लाई एक बारी फिर कृपा करो गज के आखो सतनाम भी कम भी जरूरी होण पिछे पा देना पर मन नू
ਇਸ ਰਸਤੇ ਤੇ ਤੋਰਨਾ ਕਿ ਵੀ ਕੰਮ ਵੀ ਜ਼ਰੂਰੀ ਪਿੱਛੇ ਪਾ ਦੇ ਮਨਾ ਪਰ ਸੰਗਤ ਨਾ ਛੱਡ ਸੰਗਤ ਵਿੱਚ ਬੜਾ ਹੀ ਲਾਭ ਹੈ ਇੱਕ ਲਾਭ ਤਾਂ ਹੈ ਵੀ ਜਿਹੜੀਆਂ ਸਾਨੂੰ ਅਗਲੀਆਂ ਮੰਜ਼ਲਾਂ ਮਿਲਦੀਆਂ ਦੂਸਰਾ ਲਾਭ ਹੈ ਕਿ ਸੰਗਤ ਵਿੱਚ ਕਈ ਬਖਸ਼ੇ ਬੈਠੇ ਹੁੰਦੇ ਨੇ ਉਹਨਾਂ ਦੀ ਵਾਈਬ੍ਰੇਸ਼ਨ ਨਾਲ ਸਾਡਾ ਵੀ ਮਨ ਜੁੜ ਜਾਂਦਾ ਆਖੋ ਸਤਨਾਮ ਔਰ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਹੋ ਰਹੀ ਹੋਵੇ ਇਹਨੂੰ ਦੂਜੇ ਬਣੇ ਨਾ ਖੜਨਾ ਜਿੱਥੇ ਅਸੀਂ ਸੰਗਤ ਕਰਦੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਦਰਸ਼ਨ ਕਰਦੇ ਹਾਂ ਉੱਥੇ ਵੱਡਾ ਲਾਭ ਗੁਰੂ ਦੇ ਨੇਤਰਾਂ ਦੇ ਵਿੱਚ ਸਾਧ ਸੰਗਤ ਅਸੀਂ ਵੀ ਆ ਜਾਂਦੇ ਹਾਂ ਆਖੋ ਸਤਨਾਮ ਇਹ ਬੜੀ ਗੱਲ ਡੂੰਘੀ ਹੈ ਵੀ ਜੇ ਅਸੀਂ ਕਲਗੀ ਵਾਲੇ ਨੂੰ ਦੇਖ ਰਹੇ ਹਾਂ ਤਾਂ ਉਹਦੀ ਉਹ ਤੁਹਾਨੂੰ ਹੀ ਵੇਖ ਲੈਂਦੇ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨੇਤਰਾਂ 'ਚ ਅਤੇ ਉਹਦੇ ਨੇਤਰਾਂ ਵਿੱਚ ਤੁਹਾਡੀ ਵੀ ਹਾਜ਼ਰੀ ਲੱਗ ਜਾਂਦੀ ਗੱਜ ਕੇ ਆਖੋ ਸਤਨਾਮ ਉਸ ਹਾਜ਼ਰੀ ਵਿੱਚ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਗੁਰੂ ਤੁਹਾਨੂੰ ਸੰਗਤ ਕਰਦਿਆਂ ਵੇਖ ਰਿਹਾ ਚੌਂਕੜਾ ਮਾਰਦਿਆਂ ਵੇਖ ਰਿਹਾ ਅਭਿਆਸ ਕਰਦਾ ਵੇਖ ਰਿਹਾ ਅਤੇ ਪਤਾ ਨਹੀਂ ਕਿਹੜੇ ਵੇਲੇ ਗੁਰੂ ਨੇ ਉਹ ਇੱਕ ਨਜ਼ਰ ਕਰ ਦੇਣੀ ਹੈ ਕਿ ਕੱਚੀ ਵਾਲੇ ਨੂੰ ਵੀ ਭਾਵੇਂ ਸਿੱਧਾ ਐਵੇਂ 'ਚ ਖੜ ਸਕਦਾ ਇਹ ਉਹਦੀ ਮੌਜ ਹੈ ਮਤਲਬ ਵੀ ਜਿੱਥੇ ਤੇ ਅਸੀਂ ਸੰਗ ਚ ਆ ਕੇ ਜੋ ਸੁਣਨਾ ਉਹ ਪਤਾਸੇ ਵਾਲਾ ਸਤਸੰਗ ਕਰਨਾ ਘਰ ਜਾ ਕੇ ਰਸਤੇ 'ਚ ਕੁਝ ਵਿਚਾਰਨਾ ਅੱਜ ਮੈਨੂੰ ਆਪਣੇ ਲਈ ਕੀ ਖੁਰਾਕ ਮਿਲੀ ਹੈ ਮੈਂ ਜੀਵਨ ਬਣਾਵਾਂ ਉਸ ਤੋਂ ਇਲਾਵਾ ਵੀ ਬੇਅੰਤ ਲਾਭ ਨੇ ਬਖਸ਼ਿਆਂ ਦੀ ਵਾਈਬ੍ਰੇਸ਼ਨ ਵੀ ਮਿਲ ਜਾਂਦੀ ਹੈ ਅਤੇ ਕਈ ਵਾਰੀ ਆਪਣੇ ਤੋਂ ਉੱਚੇ ਦਾ ਸੰਗ ਮਿਲ ਕੇ ਹੋਮੇ ਵੀ ਲੱਥ ਜਾਂਦੀ ਹੈ ਅਤੇ ਜਿਵੇਂ ਦੱਸਿਆ ਹੈ ਸਾਡੇ ਨੇਤਰਾਂ 'ਚ ਤਾਂ ਫਿਰ ਗੁਰੂ ਸੰਗ 'ਚ ਬੈਠਿਆਂ ਆਉਂਦਾ ਹੀ ਹੈ ਗੁਰੂ ਦੇ ਨੇਤਰਾਂ ਵਿੱਚ ਤੁਹਾਡੀ ਵੀ ਹਾਜ਼ਰੀ ਲੱਗ ਜਾਂਦੀ ਸਾਰੇ ਪਾਸਿਓਂ ਲਾਭ ਹੀ ਲਾਭ ਅਤੇ ਆਓ ਜਿਹੜਾ ਵਿਸ਼ਾ ਚੱਲ ਰਿਹਾ ਕਿ ਇੱਕ ਗੁਰੂ ਨਾਨਕ ਦਾ ਸਕੂਲ ਹੈ ਉਹਦੀਆਂ ਵੀ ਕਲਾਸਾਂ ਨੇ ਅਤੇ ਸੁਣਨ ਦਾ ਲਾਭ ਹੈ ਜ਼ਰੂਰ ਤੋਲਿਓ ਕਿੱਥੇ ਕਹਾਂ ਅੱਜ ਚੌਥੀ ਕਲਾਸ ਦੀ ਵਾਰੀ ਹੈ ਪਹਿਲੀਆਂ ਤਿੰਨ ਕਲਾਸਾਂ ਕਈ ਨਵੇਂ ਆਏ ਹੁੰਦੇ ਨੇ ਗੁਰੂ ਨਾਨਕ ਦੇ ਸਕੂਲ ਦੀ ਪਹਿਲੀ ਕਲਾਸ ਜਦੋਂ ਤੁਹਾਡੇ ਅੰਦਰ ਗੁਰਬਾਣੀ ਪੜ੍ਹਨ ਲਈ ਉੱਦਮ ਆਉਣਾ ਸ਼ੁਰੂ ਹੋ ਜੇ ਸਮਝ ਲਓ ਇਹ ਸਕੂਲ 'ਚ ਮੈਨੂੰ ਵੀ ਦਾਖਲਾ ਮਿਲ ਗਿਆ ਗੱਜ ਕੇ ਆਖੋ ਸਤਨਾਮ ਇਹ ਪਹਿਲੀ ਕਲਾਸ ਹੈ ਬਸ ਉੱਦਮ ਆਉਣਾ ਅਜੇ ਅਰਥ ਨਹੀਂ ਪਤਾ ਉੱਦਮ ਕਰ ਰਿਹਾ ਜਪਜੀਤ ਸਾਹਿਬ ਪੜ੍ਹਨ ਦਾ ਉੱਦਮ ਕਰ ਰਿਹਾ ਚੌਪਈ ਸਾਹਿਬ ਪੜ੍ਹਨ ਦਾ ਗੁਰੂ ਨਾਨਕ ਦੇ ਸਕੂਲ ਦੀ ਦੂਸਰੀ ਕਲਾਸ ਮਨ ਪੁਣਿਆ ਜਾਂਦਾ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਹੋ ਜਾਂਦੀ ਮੰਦੇ ਛੱਡੇ ਨਹੀਂ ਅਜੇ ਪਛਾਣ ਹੋ ਗਈ ਇਹ ਦੂਜੀ ਕਲਾਸ ਹੈ ਵੀ ਪਛਾਣ ਹੋ ਜਾਣੀ ਪਿੱਖ ਤੇ ਹੀ ਪੁਨੀਤ
गुरु नानक दे स्कूल दी तीजी क्लास चंगे कमां वल रुचि वधदी ए ते माड़े कमां वल रुचि घटनी शुरू हो जांदी। आखो सतनाम। हुण अज चौथी क्लास दी वारी जी, ते सिर ते हथ रखना ते जरूर तोलना कि बाबे दे चौथी च आ गए हां कि नहीं आए। जे नहीं आए ते क्लासां आणगियां किवें? कर कृपा प्रभ साध संग मेली, कर कृपा प्रभ साध संग मेली, या फिर देखा ता मेरा अल्लाह मेली, या फिर देखा ता मेरा अल्लाह प्रभ साध संग मेरी, कर कृपा प्रभ साध संग मेरी, कर कृपा प्रभ साध संग मेले, नानक दे घर दी चौथी क्लास। गज के आखो सतनाम। दास बोलेगा मेरी भी अरदास करे अपनी भी। ये प्रकरण तां शुरू होया भी थोड़ा जिहा अंदाजा ही लग जे केड़ी क्लास। गुरु नानक दे स्कूल दी चौथी क्लास, चौथी क्लास बहुत ध्यान देना। गुरु नानक दे स्कूल दी चौथी क्लास कहिंदे इंद्रियां ते कंट्रोल होना शुरू हो जाएगा। गज के हक सतनाम। ये चौथी क्लास, इंद्रियां ते कंट्रोल होना शुरू हो गया, कृपा हुई। हुण बहुत सारे संगत नूं कई बारी नहीं पता हुंदा सहज सुभा, इंद्रियां ते कंट्रोल होना शुरू हो जांदा। किनूं कहिंदे आ? नेत्रां दियां इंद्रियां। गज के आखो सतनाम। हाँ हाँ हाँ। कन्नां दियां इंद्रियां, रसना दी इंद्री, सोच दी इंद्री, सब तो वड्डा मन दी इंद्री। वाशनावां दियां इंद्रियां, स्पर्श दियां इंद्रियां। गुरु नानक दे घर दी चौथी क्लास साध संगत, एक हुंदा है ये इंद्रियां सानू नचांदियां, एक है भी चौथी क्लास जिहड़ा गुरबाणी पढ़न दा उदों होया, चंगे बंदे दी पछाण होई, चंगे कम्मां वल रुचि वधी। हुण चौथी क्लास कहिंदे इंद्रियां ते कंट्रोल होना शुरू हो गया। गज के आखो सतनाम। कि हुण दास बोलन लग्या, तुसीं बुलायो। हा, दूर तक जिथों तक संगतां बैठियां जे जरूर झाती पाओ, नेत्रां दी इंद्री ते कंट्रोल होया कि नहीं? गज के आखो सतनाम। जरूर। और एडा जरूरी है, बाबा नंद सिंह जी का वचन है, कहिंदे दो पाड़ सुखमनी साहब की हाजरी लालै, जे नेत्रां दियां इंद्रियां ते कंट्रोल नहीं होया, इन्हां नेत्रां ने कंट्रोल नहीं कीता, तीन चार घंटे कोई रंग तमाशे
देख ले दो पाठ सुखमनी साहब नाल जिन्ने पुन बने होणगे इह इंद्री ते कंट्रोल नहीं दो तीन घंटे रंग तमाशे वेख ले सारे पुन सड़ जाने आखो सतनाम एडा तकड़ा नुकसान है पर तुहाडे चों कईआं दे बख्शिश है बाबे ने चौथी कला च दाखल कर लिया नेत्रां दी इंद्री कंट्रोल च हो गई है कन्नां दी इंद्री कंट्रोल च हो गई है नई इंद्रियां कंट्रोल च आईआं ते वेख लो गुरबाणी ने कहा नैण ना देखे साध से नैण व्याले करण ना सुन ही नाद करण मुंद कर लिया ते हुण पॉजिटिव सुनियो जिहड़े चौथी च आ गए टीवी लाओ रखो टीवी नहीं माड़ा बाबा आनंद सिंह जी का बचन है गलास का कसूर नहीं गलास विच अमृत पीना है यार पीना है पीण वाले ने वेखना है टीवी च अमृत भी आ रहा है वो वेखिए घड़ियां सफल हो जाए आज जदों सवेरे हजूर साहब का आंदा ना प्रोग्राम तो मैं भावें दो मिनट लावां मेरी अपनी भावना होंदी वो हजूर साहब दे मैं जदों फिर कैमरा मारदे गुरु गोबिंद सिंह सरूप ते जां प्रकाश ते जां ओह ते मैं इत्थे बैठिया लखां शुकराने करीदे मैं कह कलगियां वाले पातशाह जिहड़े अस्थान लई तुसीं बचन कीता है मेरा सिख जिथे भी होवे मौत तो पहला पहला एक बारी इत्थे दर्शन करन जरूर आवे आखो सतनाम ज्यादा बारी ते तां वी कृपा लाड है प्यो दा साडा मालक है वो जदों फिर कई वारी दो मिनट ला के हाजरी लाई दी क्यों उतों ही सब कुछ चलता है उतों ही सब कुछ आंदा है बख्शिश है तो हूँ वह टीवी है कि सानू लाइव एडा वड्डा साढ़े प्यो का अस्थान वो दर्शन घर बैठे करा देंदा है वह टीवी है साढ़े प्यो का एडा वड्डा अस्थान हरिमंदर साहब गुरु रामदास का घर घर बैठे सानू वो दर्शन करा देंदा हुण सुन लिओ जिहड़ा चौथी चढ़ गया ये चौथी क्लास इंद्रियां कंट्रोल च होना शुरू ये तकरीबन 9-10 साल पहला बचन है तुहाडे भी प्यारे मेरे भी प्यारे बाबा दीप सिंह जी दास उहनां दे दर ते बैठा बाबा जी दे दर ते ये सारी संगत दरबार साहब का नेम होवे शहीदां साहब का अमृतसर च रहिंदे आ कोशिश जरूर करो भी जदों भी जांदे हो ते भावें घंटा भावें पौना घंटा भावें अद्धा घंटा भावें 20 मिनट 15 मिनट अभ्यास विच जरूर बैठो कन्ना ना कीर्तन सुनो ते आप अभ्यास विच बैठो मना मोई फल तुहाडी झोली च पए मना मोई एहो जिहा अभ्यास च बैठे करो भी शहीदां साहब बैठे हो उधरों मान लो कोई शब्द लगा होया चिर पयो दर्शन देखे रागी सिंह कोई शब्द लाया कोशिश करो कन्नां नाल शब्द सुनो ते बहण वेले अस्थान नूं वड्याई देनी हुंदी है हुण दास जिथे भी ध्यान रखे कलगीधर दे चरणां जां गुरु नानक दे जां गुरु रामदास दसां पातशाहां इक्को जोत जिथे मर्जी रख लो पर जदों शहीदां बहना बाबा दीप सिंह दे ते जिवें इंज भी कलगीधर कहिंदे हुण मेरे प्यारे दे चरणां च लै जावे अस्थान नूं वड्याई देनी हुंदी
कोई अर्ज नहीं, ये सरगुण भगती है। हुण दास बाबे बुढ़े बीड़ जावे फिर बाबा जी बुढ़ा जी का ध्यान तो नहीं, साढ़े ब्रह्म ज्ञानी है, साढ़े मालक ने, एडे वड्डे मालक ने कि गुरु अर्जन देव जी कहिंदे पृथ्वी चंद का बचन मैं नहीं कट सकता, बाबा बुढ़ा साहब कट आखो सतना उस स्थान नूं वड्याई हुंदी उस वेले उहनां दा ध्यान। तुसीं शहीदां साहब गए हो हुण उत्थे मान लो शब्द लगा चिर पयो दर्शन देखे, तुसीं हुण बहन तो पहले 15 सैकेंड जां 30 सैकेंट विच सैकेंट मिंट नहीं सुरती परपक कर ली ध्यान आ गया तुहाडा बाबा जी दे एक ब्रह्म ज्ञानी दे चरणां च। हुण शब्द लगा चिर पयो दर्शन, तुसीं नाल भावें बोल नहीं रहे, कन्नां नाल शब्द सुन रहे हो, पर इहो जिहे अभ्यास च बैठो, इहो जिहे अभ्यास विच कि तुहाडे पैर दे अंगूठे तो लै के ते सिर तक तुहानूं महसूस होवे हर रोम वाहिगुरू जपदिआं बाबा दीप सिंह नूं याद कर, हर रोम चो वाहिगुरू निकल गए, शब्द सुनी जाओ आप अभ्यास चो जो अपने रोम रोम दे जाप तो बाद सीधा अभ्यास लै जो, जिन्नी संगत उत्थे मत्था टेकन जा रही है बैठी है पिछे बैठी है बरांडे च बैठी है अपनी बिरती लै जो, इस सारी संगत का एक एक रोम वाहिगुरु के अभ्यास राही उन्हां नूं याद करदा। बिल्कुल तीसरी बिरती लै जाओ बाहर, बाहर जिन्नी जिथे देग का प्रसाद मिलता है जोड़ा घर है, बाहर होर टेंट लगा जिथे थले संगत बैठती है पिछला जोड़ा घर है, फिर तीजी बिरती लै जाओ भी उधर की संगत भी सारी एक एक रोम राही अवस्था लिखी है, लिखी है जो बोलत है मिर्ग मीन पंखेरू सो बिन हर जापत है नहीं होर, सारे मिर्ग पंछी सब सृष्टि उन्हों गा रही है, एहो वस्ता हर मंतन वस्या सोई जय जयकार करे सब कोई। मैं महाराज की जोरी कहना इस तरह 15 मिनट 20 मिनट भी हूँ कहना ना कीर्तन ते अपने आप इतना अभ्यास लै जाओ जिसनों तुम सुनिया पिछे जे सृष्टि जाप छेवां जाप है सृष्टि जाप भी सारी सृष्टि गा रही है, तुसी 20-25 मिनट अद्धा घंटा 15 मिनट भी इंज बैठ गए तो उठन वेले इतना का महत्व है कि जिमें मना मोही सात संगत तुहाडी झोली भर के उठोगे आखो सतनाम। अकाली एक नौजवान नूं मैं बेनती की, मैं कहा तू बाबा जी दे दर ते जाना है ते चलो जेड़ा जावे वो भी शुक्र है, पर मैं कहा भाई इतना ना जाइए भी हाथ ला के आना है आखो सतना, हाँ कोई मजबूरी कोई ट्रेन पकड़नी कोई जहाज पकड़ना फिर वक्री बात है, आम हालत विच कोई समा अभ्यास विच और अभ्यास कोशिश करो सृष्टि जाप वाला चल पवे, गुरमुख रोम रोम हर त्यावे गुरमुख सगली गणत मिटावे। ये 8-10 साल की गल है, मैं बैठा बाबा जी दे बाबा दीप सिंह दे दर ते, हुण उत्थे आ जाओ हुण पॉजिटिव वचन है, इंद्रियां कंट्रोल च होणियां शुरू हो जांदी चौथी क्लास, हुण पॉजिटिव सुन लो, ये बाबा दीप सिंह दे दर ते मैं दास बैठा होया अपने कीर्तन सुन रहे हैं, चलो वो करा लैण जो भी, ये दास ना बीती 100 दा नोट ते एक रुका, कोई बीबी आई ते मैं बैठा ते वो 100 दा नोट ते रुका ना आऊं झोली च सुट के ते झोली च मेरे रख के ते अपना जिवें भी बाबा जी दे जो दे राणी मत्था टेकने चली गई, ते जदों हुण वो मैं 100 दा नोट रुका वेख लिया साइड ते कर लिया, आम हुंदा भी कई भलाई केंद्र लई सेवा फड़ा जांदे आ या सरावां लई हॉस्पिटल लई सेवा रख गई अपनी फड़ा गई,
ਜਦੋਂ ਦਾਸ ਆਪਣੇ ਜੋ 15-20 ਮਿੰਟ 25 ਮਿੰਟ ਬਾਅਦ ਉੱਠਣ ਲੱਗਾ ਅਤੇ 100 ਦਾ ਨੋਟ ਮੈਂ ਹੱਥ 'ਚ ਫੜਿਆ ਅਤੇ ਰੁੱਕੇ 'ਤੇ ਕੁਝ ਲਿਖਿਆ ਉਹ ਮੈਂ ਪੜ੍ਹ ਲਾਂ ਅਤੇ ਉੱਤੇ ਰੁੱਕੇ 'ਤੇ ਪਹਿਲੀ ਲਾਈਨ ਲਿਖੀ ਸੀ ਵੀਰ ਜੀ ਇਹ 8-10 ਸਾਲ ਦੀ ਗੱਲ ਹੈ ਵੀਰ ਜੀ ਅਸੀਂ ਰੰਗਦਾਰ ਟੀਵੀ ਲਿਆ ਸਾਡੀ ਅਰਦਾਸ ਕਰ ਦਿਓ ਆਖੋ ਸਤਨਾਮ ਉਹ ਮੈਨੂੰ ਪੜ੍ਹ ਕੇ ਗੁੱਸਾ ਚੜ੍ਹ ਗਿਆ ਉਹ ਲਾਈਨ ਪਹਿਲੀ ਪੜ੍ਹਦਿਆਂ ਹੀ ਨਾ ਜਿਵੇਂ ਮਾੜਾ ਜਿਹਾ ਗੁੱਸਾ ਆ ਜਾਂਦਾ ਵੀ ਮੈਂ ਆਹ ਅਰਦਾਸ ਕਰਾਂ ਵੀ ਤੁਸੀਂ ਟੀਵੀ ਲਿਆ ਰੰਗਦਾਰ ਅਤੇ ਵੀ ਸਾਰੇ ਪ੍ਰੋਗਰਾਮ ਠੀਕ ਠਾਕ ਗੱਜ ਕੇ ਆਖੋ ਸਤਨਾਮ ਵੀ ਤੁਸੀਂ ਅੱਖਾਂ ਨਾਲ ਆ ਜੀ ਹੁਣ ਉਹ ਪਹਿਲੀ ਲਾਈਨ ਪੜ੍ਹੀ ਅਤੇ ਮੈਨੂੰ ਗੁੱਸਾ ਚੜ੍ਹ ਗਿਆ ਪਰ ਦੂਜੀ ਲਾਈਨ ਪੜ੍ਹੀ ਅਤੇ ਮੇਰਾ ਦਿਲ ਕਰੇ ਕਿ ਉਸ ਬੀਬੀ ਨੂੰ ਲੱਭਾਂ ਅਤੇ ਉਹਦੇ ਚਰਨ ਧੋ ਕੇ ਪੀ ਲਵਾਂ ਪਹਿਲੀ ਲਾਈਨ 'ਤੇ ਲਿਖਿਆ ਸੀ ਰੰਗਦਾਰ ਟੀਵੀ ਲਿਆ ਸਾਡੀ ਅਰਦਾਸ ਕਰ ਦੇਣੀ ਮੈਨੂੰ ਗੁੱਸਾ ਮੈਂ ਕਿਹਾ ਟੀਵੀ ਦੀ ਅਰਦਾਸ ਕਰ ਲੇਕਿਨ ਦੂਜੀ ਲਾਈਨ ਪੜ੍ਹੀ ਮੇਰਾ ਸਿਰ ਝੁੱਕ ਗਿਆ ਦੂਜੀ ਲਾਈਨ 'ਤੇ ਕੀ ਲਿਖਿਆ ਸੀ ਕਹਿੰਦੇ ਅਸੀਂ ਸਾਰੇ ਪਰਿਵਾਰ ਨੇ 1162 ਜਪਜੀ ਸਾਹਿਬ ਦੀ ਟੀਵੀ ਲੈਣ ਦੇ ਖੁਸ਼ੀ ਵਿੱਚ ਹਾਜ਼ਰੀ ਲਈ ਏ ਸਾਡੀ ਐਂ ਅਰਦਾਸ ਕਰ ਦੇਣੀ ਕਿ ਜਿਹੜਾ ਸਾਡੇ ਘਰ ਟੀਵੀ ਆਇਆ 1162 ਜਪਜੀ ਸਾਹਿਬ ਇਸ ਵਾਸਤੇ ਕੀਤੇ ਨੇ ਮੈਂ ਅਤੇ ਮੇਰਾ ਪਰਿਵਾਰ ਇਸ ਟੀਵੀ ਰਾਹੀਂ ਅੰਮ੍ਰਿਤ ਵਰਗੇ ਪ੍ਰੋਗਰਾਮ ਵੇਖੀਏ ਕੋਈ ਹੋਰ ਚੈਨਲ ਨਾ ਸਾਡਾ ਲੱਗ ਜਾਵੇ ਕਿਆ ਵਾ ਬਸ 1162 ਜਪਜੀ ਸਾਹਿਬ ਕੋਈ ਛੋਟੀ ਗੱਲ ਹੈ ਇੱਕ 8-10 ਹਜ਼ਾਰ 5-7 ਹਜ਼ਾਰ ਉਦੋਂ ਦੇ ਇਹਦੇ ਲੱਗੇ ਹੀ ਸੀ ਰੇਟ ਇੱਕ 5-7-8 ਹਜ਼ਾਰ ਦੀ ਚੀਜ਼ ਲਿਆਉਣ ਵਾਸਤੇ 1162 ਹਾਜ਼ਰੀ ਲਾਈ ਸਿਰਫ ਕਿਸ ਵਾਸਤੇ ਕਿ ਮਹਾਰਾਜ ਜੀ ਮੇਰੇ ਪਰਿਵਾਰ 'ਤੇ ਇਹ ਕਿਰਪਾ ਕਰਨੀ ਕਿ ਆਸ ਚੀਜ਼ ਵਿੱਚੋਂ ਸਾਡੇ ਘਰ ਅੰਮ੍ਰਿਤ ਵਰਗੇ ਪ੍ਰੋਗਰਾਮ ਲੱਗਣ ਕੋਈ ਸਾਡਾ ਬੱਚਾ ਦੂਜਾ ਸੋਚ ਨਾ ਨੱਪਦੇ ਦੂਜਾ ਚੈਨਲ ਨਾ ਨੱਪਦੇ ਆਖੋ ਸਤਨਾਮ ਹੁਣ ਅੱਜ ਜਦੋਂ ਮੈਂ ਯਾਦ ਕਰਦਾ ਇਹ ਪੋਜ਼ਿਟਿਵ ਬਚਨ ਮੈਂ ਕਿਹਾ ਉਹ ਪਰਿਵਾਰ ਜਿਹੜਾ ਇੱਕ ਟੀਵੀ ਲਾਉਣ ਤੋਂ ਪਹਿਲੇ 1162 ਗੁਰੂ ਨਹੀਂ ਸੁਣੇਗਾ ਨਹੀਂ ਮੰਨੇਗਾ ਹੋਰ ਸਾਡੇ ਕੋਲ ਹੈ ਕੀ ਰਾਹ ਇਹੀ ਰਾਹ ਹੈ ਕਿ ਬਾਣੀ ਦਾ ਨਿਯਮ ਵਧਾ ਕੇ ਅਰਦਾਸ ਮਹਾਰਾਜ ਚੋਂ ਅੰਮ੍ਰਿਤ ਦੇਣਾ ਦੂਜੀ ਚੀਜ਼ਾਂ ਨਾ ਹੁਣ ਜਦੋਂ ਅੱਜ ਵੀ ਮੈਂ ਉਹ ਯਾਦ ਕਰਦਾ ਸਮਾਂ ਜਾਂ ਉਸ ਵੇਲੇ ਤੇ ਇਹਨੂੰ ਕੀ ਕਵਾਂਗੇ ਉਹ ਪਰਿਵਾਰ ਦੇ ਕੁਝ ਮੈਂਬਰ ਗੁਰੂ ਨਾਨਕ ਦੇ ਘਰ ਦੀ 4th ਕਲਾਸ ਵਿੱਚ ਦਾਖਲ ਹੋ ਚੁੱਕੇ ਨੇ ਕਿ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਹੈ ਗੱਜ ਕੇ ਆਖੋ ਸਤਨਾ ਇਹ 4th ਕਲਾਸ ਔਰ ਜਿਨ੍ਹਾਂ ਦਾ ਦਾਖਲਾ ਇਹ 4th 'ਚ ਹੋ ਜਾਵੇ ਗੁਰੂ ਨਾਨਕ ਦੇ ਸਕੂਲ ਦੀ 4th ਕਲਾਸ ਇਹ ਤੁਹਾਡਾ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਜੇ ਨਹੀਂ ਹੋਇਆ ਤਾਂ ਸਮਝ ਲਓ ਅਜੇ ਮੈਂ ਉਹਦੀ 4th 'ਚ ਵੀ ਨਹੀਂ ਹੋਇਆ ਦਾਖਲ ਅਤੇ ਇਹਨੂੰ ਹੁਣ ਭਾਵੇਂ ਅਰਦਾਸ ਕਰ ਲੈਣਾ ਕਿਉਂਕਿ ਮੈਨੂੰ ਆਪਣੀ ਲਾਈਫ 'ਚ ਇਸ ਤੋਂ ਵੱਡਾ ਸੱਚਖੰਡ ਕੋਈ ਨਜ਼ਰ ਨਹੀਂ ਆਉਂਦਾ ਕਿ ਗੁਰੂ ਵੀ ਬਿਰਾਜਮਾਨ ਹੋਵੇ ਅਤੇ ਗੁਰੂ ਦੀਆਂ ਸੰਗਤਾਂ ਵੀ ਬਿਰਾਜਮਾਨ ਹੋਣ ਅਤੇ ਭਾਈ ਗੁਰਦਾਸ ਜੀ ਨੇ ਕਿਹਾ ਸਾਧ ਸੰਗਤ ਸੱਚਖੰਡ ਹੈ ਆਖੋ ਸਤਿ ਹੁਣ ਇਹੋ ਜੇ ਸੱਚਖੰਡ ਵਿੱਚ ਜੇ ਨਹੀਂ 4th 'ਚ ਦਾਖਲ ਹੋਏ ਨਹੀਂ ਇੰਦਰੀਆਂ ਦਾ ਜੇ ਕੰਟਰੋਲ ਸ਼ੁਰੂ ਹੋਇਆ ਤਾਂ ਮੇਰੀ ਵੀ ਅਰਦਾਸ ਕਰ ਦਿਓ ਅਤੇ ਆਪਣੀ ਵੀ ਅਤੇ 10 ਕੁ ਮਿੰਟ ਹੋਰ ਟਿਕਾਓ ਬਖਸ਼ਣਾ ਥੋੜ੍ਹੀ ਜਿਹੀ ਸੇਵਾ ਮਹਾਰਾਜ ਹੋਰ ਉਹ ਗੱਲ ਦੀ ਕੋਈ ਦਲੀਲ ਆਵੇ ਤਾਂ ਥੋੜ੍ਹਾ ਜਿਹਾ ਪਤਾ ਲੱਗਦਾ ਵੀ ਕਿਵੇਂ ਭਾਈ ਅਤੇ ਆਓ ਜੀ ਇਹ ਬਾਬਾ ਜੀ ਸਾਡੇ ਸਤਿਗੁਰੂ ਘਲਗੀਆਂ ਵਾਲੇ ਵੀ ਬੈਠੇ ਆ ਅਤੇ ਰੱਬ ਵਰਗੀਆਂ ਸੰਗਤਾਂ ਵੀ ਬੈਠੀਆਂ ਅਤੇ ਅਰਦਾਸ ਕਰ ਲਈਏ ਬਾਬਾ ਜੀ ਇਹਨਾਂ ਦਾ ਨਹੀਂ ਦਾਖਲਾ ਕਰ ਦਿਓ ਜਿਹੜੇ ਦਾਖਲਾ ਹੋ ਗਿਆ ਉਹਨਾਂ ਨੂੰ ਪਰਚਾ ਨਾ ਪਾਉਣਾ ਕਿਰਪਾ ਰੱਖਣੀ ਆਪਣੀ ਇਹ ਅਰਦਾਸ ਦੀਆਂ ਇੰਦਰੀਆਂ ਬਾਰੇ ਬਾਣੀ ਵਿੱਚੋਂ ਪੰਗਤੀਆਂ ਇੱਕ ਵਾਰੀ ਵੀਰ ਬੋਲੋ ਇੱਕ ਵਾਰੀ ਭੈਣਾ ਇਹਨੂੰ ਉਪਦੇਸ਼ ਵੀ ਸਮਝ ਲਓ ਮਹਾਰਾਜ ਦਾ ਅਤੇ ਸਾਡੇ ਵੱਲੋਂ ਅਰਦਾਸ ਵੀ ਸਾਰੇ ਕਿਰਪਾ ਕਰਿਓ ਜੀ
मोहन मेरे 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 मोहन कहणो गज के मेरे मोहन मेरे मोहन मेरे मोहन मेरे मोहन मेरे मोहन सरवणी ये ना सुनाए सरवणी ये ना सुनाए ये साड़ी अरदास है सरवणी ये ना सुनाए सरवणी ये ना सुना गज के भैणो मेरे मोहन मेरे मोहन मेरे मोहन मेरे मोहन वाह ये मेरे दिल की गल है मोहन लफज आवे ते तुहानू गुरु गोबिंद सिंह दे चरणा दे दर्शन साडा मोहन होई है साडा बीठल होई है नानक सोधे सिमरत वेद पार ब्रह्म गुर नाही पे तू इतना पुकार करियो जी मेरे मोहन मेरे मोहन मेरे मोहन मेरे मोहन गज के भैणो सरवणी ये ना सुनाए सरवणी ना सुनाए वाह 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 सरवणी ये ना सुनाए सरवणी ये ना सुनाए सरवणी ये ना सुनाए सरवणी ये ना सुनाए मेरे मोहन मेरे मोहन मेरे मोहन वाह वाह मेरे मोहन मेरे मोहन मेरे मोहन मेरे मोहन मेरे मोहन सरवणी ये ना सुनाए सुनाए सुनिए ना सुनाए सानू बचा सकदियां ने ते ए अरदासां जी आखो सतनाम नहीं ते कल युग ने ते पूरा जोर फड़िया होया कई सोचते होणगे भी घड़ी मुड़ी बुलाई जांदे मेरे मोहन सरवणी ये ना सुनाए साडा भी चित करदा भी
ਵੀਰਵਾਰ ਜਿੰਨੇ ਆਪਾਂ ਇਕੱਠੇ ਹੁੰਦੇ ਹਾਂ ਬਾਬਾ ਜੀ ਕਿਰਪਾ ਕਰਨੀ ਕਿਤੇ ਸਾਰੇ ਕੱਚੀ 'ਚ ਨਾ ਰਹਿ ਜਾਣ। ਆਪ ਜੀ ਦੀ ਮਿਹਰ ਹੋਵੇ, ਦਾਸ ਨੂੰ ਵਿਸ਼ਵਾਸ ਹੈ ਗੁਰੂ ਗੋਬਿੰਦ ਸਿੰਘ ਜੇ ਨਦਰ ਦੇ ਘਰ ਵਿੱਚ ਆ ਜਾਣ ਪਿੰਗਲੇ ਨੂੰ ਵੀ ਪਰਬਤ ਚੜ੍ਹਾ ਸਕਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰਵ ਕੀਤਾ। ਇਹ ਅਰਦਾਸਾਂ ਤਾਂ ਲੰਬੀਆਂ ਲਿਜਾਈ ਦੀਆਂ ਕਿ ਪਤਾ ਨਹੀਂ ਕਿਹੜਾ ਬਖਸ਼ਿਆ ਬੈਠਾ ਹੋਵੇ ਸਾਨੂੰ ਬਚਾ ਸਕਦੀਆਂ ਨੇ ਅਰਦਾਸਾਂ। ਸਾਸ ਗੱਜ ਕੇ ਆਖੋ ਸਤਿਨਾਮ। ਗੁਰੂ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਤੁਹਾਨੂੰ ਇਹ ਆਪਣੇ ਅੰਦਰ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾ। ਆਖੋ ਸਤਿਨਾਮ। ਉਹ ਭਾਵੇਂ ਨੇਤਰਾਂ ਦੀਆਂ ਇੰਦਰੀਆਂ, ਭਾਵੇਂ ਕੰਨਾਂ ਦੀਆਂ ਇੰਦਰੀਆਂ, ਭਾਵੇਂ ਰਸਨਾਂ ਦੀ ਇੰਦਰੀ ਹੈ। ਇੱਕ ਛੋਟਾ ਜਿਹਾ ਜ਼ਿਕਰ, ਇੱਕ ਇਲਾਕਾ ਗੜਦੀ ਵਾਲਾ, ਉੱਥੇ ਮਹਾਂਪੁਰਸ਼ ਹੋਏ ਗਿਆਨ ਸਿੰਘ ਨਾਂ ਆਇਆ। ਗਿਆਨ ਸਿੰਘ, ਉਹਨੇ ਕਿਸੇ ਸਾਥੀ ਨੂੰ ਆਖਿਆ ਵੀ ਮੇਰਾ ਸ਼ਰਾਬ ਜਿਹੜੀ ਹੈ ਨਾ ਖਹਿੜਾ ਨਹੀਂ ਛੱਡਦਾ, ਵੀ ਰਸਨਾ ਦੀ ਇੰਦਰੀ ਹੈ ਵੀ ਕੰਟਰੋਲ ਨਹੀਂ ਹੁੰਦਾ, ਵਧੋ ਵਧੀ ਫਿਰ ਪੀਤੀ ਜਾਂਦੀ। ਉਹਨੇ ਕਿਹਾ ਵੀ ਗੜਦੀ ਅੱਲਾ ਇੰਜ ਮਹਾਂਪੁਰਸ਼ ਨੇ, ਉੱਥੇ ਜਾ ਕੇ ਬੇਨਤੀ ਕਰ। ਉਹ ਫਿਰ ਕਿਤਾਬ 'ਚ ਉਹਨਾਂ ਲਿਖਿਆ ਵੀ ਜਦੋਂ ਜਾਣ ਲੱਗਾ ਤਾਂ ਉਹਦੇ ਮਨ 'ਚ ਵੀ ਗੱਦੀ ਲਾ ਕੇ ਬੈਠੇ ਹੋਣਗੇ, ਦੋ ਚਾਰ ਚੇਲੇ ਹੋਣਗੇ, ਪਰ ਉੱਥੇ ਜਾ ਕੇ ਜਦੋਂ ਵੇਖਿਆ ਉਹਨਾਂ ਦੀ ਗਰੀਬੀ। ਆਖੋ ਸਤਿਨਾਮ। ਹੱਥੀ ਸੇਵਾ ਵੀ ਆਪ ਮਹਾਂਪੁਰਸ਼। ਇਹਨੂੰ ਜਦੋਂ ਸਮਾਂ ਮਿਲਿਆ, ਮਹਾਂਪੁਰਸ਼ੋ ਮੈਂ ਇੱਕ ਬੇਨਤੀ ਕਰਨਾ ਹੈ, ਬਾਕੀ ਸਭ ਤਾਂ ਠੀਕ ਹੈ, ਇਹ ਰਸਨਾ ਦੀ ਜਿਹੜੀ ਇੰਦਰੀ ਹੈ ਸ਼ਰਾਬ ਦਾ ਕੰਟਰੋਲ ਨਹੀਂ। ਆਖੋ ਸਤਿਨਾਮ। ਅਤੇ ਮਹਾਂਪੁਰਸ਼ ਕਹਿੰਦੇ ਚਲੋ ਸ਼ੁਕਰ ਹੈ ਦੂਜੀ ਕਲਾਸ ਚੜ੍ਹ ਗਿਆ, ਚੰਗੇ ਬੰਦੇ ਦੀ ਪਛਾਣ ਹੋ ਗਈ। ਗਾਹੀ ਆਖੋ ਸਤਿਨਾਮ। ਕਿਤਨੀ ਦੁਨੀਆ, ਉਹ ਦੂਜੀ ਵੀ ਨਹੀਂ ਚੜ੍ਹੇ, ਚੰਗੇ ਬੰਦੇ ਦੀ ਪਛਾਣ ਹੀ ਨਹੀਂ। ਮਹਾਂਪੁਰਸ਼ ਕਹਿੰਦੇ ਸ਼ੁਕਰ ਹੈ ਪਛਾਣ ਤਾਂ ਹੋਈ ਹੈ, ਪਛਾਣ ਤੋਂ ਬਾਅਦ ਹੀ ਫਿਰ ਬੰਦਾ ਚੰਗੇ ਕੰਮਾਂ ਵੱਲ ਰੁਚੀ ਵੱਧਦੀ, ਮੰਦੇ ਕੰਮਾਂ ਵੱਲ ਘੱਟਦੀ, ਫਿਰ ਆ ਚੌਥੀ ਵੀ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ। ਕਹਿੰਦਾ ਜੀ ਆ ਰਸਨਾ ਨੂੰ ਆ ਜਿਹੜੀ ਚੀਜ਼ ਹੈ ਨਾ ਇਹਦਾ ਖਹਿੜਾ ਨਹੀਂ ਛੁੱਟਦਾ, ਵਧੋ ਵਧੀ ਮਨ ਕਰਨ ਦਾ ਇੰਦਰੀ ਕੰਟਰੋਲ 'ਚ ਨਹੀਂ ਰਸਨਾ ਦੀ। ਚਲੋ ਜੋ ਬਚਨ ਉਹਨਾਂ ਕੀਤੇ ਮੈਨੂੰ ਬੜੇ ਚੰਗੇ ਲੱਗੇ। ਮਹਾਂਪੁਰਸ਼ਾਂ ਨੇ ਆਖਿਆ ਉਹ ਬਚਨ ਬੜਾ ਨਾ ਪਿਆਰ ਵਾਲਾ, ਕਹਿਣ ਲੱਗੇ ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ। ਆਖੋ ਸਤਿਨਾਮ। ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ, ਅਸੀਂ ਆਪ ਅਰਦਾਸ ਕਰਾਂਗੇ ਤੇਰੀ ਰਸਨਾ ਦੀ ਇੰਦਰੀ ਕੰਟਰੋਲ 'ਚ ਹੋ ਜਾ। ਆਖੋ ਸਤਿਨਾਮ। ਹੁਣ ਉਹ ਭੋਲਾ ਭਾਲਾ ਸੀ, ਕਹਿੰਦਾ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਰੋਜ਼ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦਾ, ਮੈਂ ਸ਼ਰਨ ਜਾਂਦਾ। ਮਹਾਂਪੁਰਸ਼ ਕਹਿੰਦੇ ਚੰਗੀ ਗੱਲ ਹੈ, ਇਹ ਗੜਦੀ ਵਾਲਾ ਇਲਾਕਾ ਉੱਥੋਂ ਦੇ ਮੈਨੂੰ ਉਹ ਚੀਜ਼ ਚੰਗੀ ਲੱਗੀ ਮੈਨੂੰ ਬੜੀ। ਕਹਿਣ ਲੱਗੇ ਜਿਹੜਾ ਤੈਨੂੰ ਬਚਨ ਕੀਤਾ ਨਾ, ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ ਅਸੀਂ ਆਪ ਅਰਦਾਸ ਕਰਾਂਗੇ, ਜਿਹੜਾ ਰੋਜ਼ ਦਰਸ਼ਨ ਕਰਦਾ ਗੁਰੂ ਗ੍ਰੰਥ ਸਾਹਿਬ ਚੰਗੀ ਗੱਲ, ਗੁਰਦੁਆਰੇ ਜਾਣਾ ਚੰਗੀ ਗੱਲ, ਪਰ ਜਿਹੜਾ ਆਹ ਤੈਨੂੰ ਕਿਹਾ ਨਾ ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ, ਇਹਦਾ ਕੀ ਮਕਸਦ ਹੈ? ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈ ਭਾਵ ਨਿਗੋਰਾ ਨਾ ਰਹਿ, ਗੁਰੂ ਵਾਲਾ ਬਣ ਜਾ। ਆਖੋ ਸਤਿਨਾਮ।
कहन लगे जेड़ा गुरु वाला बन जे वो समझ लो उन्हें गुरु गोबिंद सिंह महाराज की शरण ग्रहण कर ली। आखो सतनाम वह थोड़े सारिया ते कृपा है, पर बाई चांस किसी ने गुरु गोबिंद सिंह की शरण ग्रहण नहीं की ते जरूर करो। आखो सतनाम महापुरुष कहते शरण ग्रहण कर उन्हें वचन मनिया। चंद हफ्तों में गुरु गोबिंद सिंह की शरण ग्रहण की ते आया। जदों आया गड़दी वाला वेखो कित्थे, ये भी वेखो महापुरशां की सोच है जोगती है। उस शरीर नूं कहण लगे हुण अंदरों चन्न है आ इंद्री कंट्रोल च हो जाए। कहते हाँ, कहते अरदास असी करांगे पर इत्थों सीधा अमृतसर जा, उत्थे गुरुद्वारा विवेकसर साहब जिथे छेवें पातशाह गुरु हरगोबिंद साहब जी का वचन है, जिदियां इंद्रियां कंट्रोल च नहीं होणगियां। जदों इत्थों दे अमृत नूं जपजी साहब पढ़ के पिएगा तो गलत बुद्धि भी विवेक बन जाएगी। आखो सतनाम मंदी बुद्धि भी विवेक बन जाए। महापुरश कहते भी पांच पाठ जपजी साहब विवेक सर तो अमृत लिया के छेवें पातशाह का जरा बचन संभाल गज के। आखो सतनाम महाराज मेरी रसना की बुद्धि जड़ी है ना इंद्री जड़ी वो मंदी है, शरण ग्रहण कर ली कि डोल ना जावा गज के। आखो सतनाम हुण तुसी कृपा करो। ये फिर अगां बचन लिखे है, ओहो 20 साल बीत गए साध संगत गुरु हरगोबिंद साहब ने एहो जी विवेक बुद्धि की कि वह इंद्री एहो जी कंट्रोल की 20 साल हाथ नहीं लाया। 20 साल और अगां फिर लफज लिखे है कहते एक दिन माड़ा संघ हो गया तो डोलन लगा जो डोलन लगा तो फिर चला गया उत्थे गड़दी वाले महापुरश। महाराज जी कृपा रही 20 साल पर वेखो माड़ा संघ एडा भैड़ा हुंदा, कम होण लगा सी बच गया, कृपा हो गई संघ माड़ा हो चलिया। फिर वो मैं बचन बड़ा चंगा लगा, मैं तुहानू परिवार समझ के मेरा फिर दिल करता खोला। वो गड़दी वाले महापुरशां ने उहदी बैटरी चार्ज पता किवें कीती, कहिंदे जिथे संगत करनी है उत्थे गलत संगत तो पूरा बच के रहना है। बड़े ध्यान नाल सुनो, पूरा बच के रहना है। साकत संग आखी जी दूरों जाइए पार, बसन करो प्रसीए तो कुछ लागे दा। वो मैनू वो बचन बड़ा अपील किया, कहन लगे संगत नहीं छड़नी, गलत संग तो बच के रहना है। तो वो बैटरी पता किवें चार्ज की गड़दी वाले महापुरश ने, ज्ञान सिंह ना आया था। कहन लगे गलत संग एडा भैड़ा है कि किसे बंदे दा एक पैर सचखंड च होवे। उन्हें बचन सुनाया कहिंदे किसे बंदे दा एक पैर सचखंड च होवे, दरगाह च सचखंड च दूजा रखन लगा सचखंड चलिया, तो कहिंदे माड़ा संग इन्ना भैड़ा है कि किते एक पैर सचखंड च भी होवे तो गलत संग हो जाए तो सचखंड च एक पैर गया होया भी खिच के ले आउंदा। एडा बच के रहना चाहिए। आखो सतनाम माड़ा संग एडा भैड़ा। तो ये गुरु नानक दे घर दी सत संगत कलासा ने हुण अगों आण गईआं पंजवीं छेवीं, एक इनू मतलब आपां कुछ महापुरशां दी कुछ विद्वानां दी कुछ जिन्हां ने प्राप्ति कीती उन्हां दी जिहड़ी डूंघाई है सोच है इनू कोई बिल्कुल असीं नहीं कह सकदे हाँ वाकई यही है। एक जिवें जिवें
खोज विचों गुरबाणी विचों इशारे बई सानू अंदाजा लगी जाए हुण तुहाडे चों मान लो जिहदे ते किरपा है टीवी ते कोई चीज़ गलत नहीं लांदा समझ लो भी बाबे ने मैनूं चौथी च करता है आखो सतनाम तुहाडे तों जिहदे ते भी किरपा है रसना कंट्रोल च हो गई है कोई दूजे पासे मास दूजे पासे नहीं जांदी समझ लो भी गुरु नानक मैनूं चौथे च लै गए आखो सतनाम जिहदे ते भी किरपा वी कन्नां नूं केंद्री कंट्रोल च की सुनना की नहीं सुनना रहमत हो गई है तो समझ लो भी बाबा जी मैनू इत्थे करके लै गए ने एक अंदाजा आखो सतनाम तो गुरु नानक दे घर दी पंजवीं क्लास ये मेरे महाराज जी अगली वारी सेवा लैण गुरु नानक दे घर दी चौथी क्लास इंद्रियां ते कंट्रोल होना शुरू हो जाता है कर कृपा प्रभ साध संग मेली कर कृपा प्रभ साध संग जां फिर देखा ता मेरा अल्लाह बेली जां फिर देखा ता मेरा अल्लाह बेली कर कृपा प्रभ साध कर कृपा प्रभ साध संग मेरी प्रभ साध संग मेरी प्रभ साध संग मेरी प्रभ साध संग मेरी बोले बीबी कौला जी भलाई केंद्र ट्रस्ट चैरिटेबल अते भाई साहब भाई गुर इकबाल सिंह जी वल्लों मनुखता दी भलाई हित कीते जा रहे कई कारजां दी सेवा गुरु साहब जी लै रहे हैं पूरे भारत विच 18 वक-वक भलाई केंद्रां राहीं तकरीबन 5000 तों वी वध विधवा बीबियां फ्री राशन प्राप्त कर रहियां हन वक-वक थावां ते 3 चैरिटेबल हस्पताल श्री दरबार साहिब अमृतसर विखे दूरों आउण वाली संगत दे ठहरन लई हर सहूलत नाल लैस 2 सारावां श्री अमृतसर साहिब विखे CBSE ते आधारित 3 बीबी कौला जी पब्लिक स्कूल लोड़वंद बच्चियां लई श्री अमृतसर साहिब विखे ही फ्री कंप्यूटर अते ड्रेस डिजाइनिंग सेंटर अते नाल ही नौजवान बच्चे बच्चियां नूं गुरबाणी अते इतिहास नाल जोड़न लई चलाईयां गईयां कई लहरां दी सेवा भी सतगुरु जी ने ट्रस्ट कोलों लई है अते हुण भी लै रहे हन अते इन्हां तों इलावा कई इतिहास गुरुद्वारा साहिबान दी कार सेवा अते अमृतसर साहिब दे शहर दे चौंकां नूं सुंदर बनाउण दी सेवा भी गुरु साहिब जी ट्रस्ट कोलों लै रहे हन ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ ਹਰ ਘੜੀ ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ ਮੈਂ ਦੱਸਿਓ ਮਾਰਗ ਸੰਤੋ ਸ਼ਰਧਾ ਦੀਆਂ 11 ਨਿਸ਼ਾਨੀਆਂ 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ ਜੀਵਨ ਸੇਧਾ ਭਾਗ ਪਹਿਲਾ जीवन से दा पाग दूजा अते श्री गुरु नानक देव जी दे स्कूल दिया 15 क्लासा ट्रस्ट कोलों किताबा मंगवाउन लई संपर्क करो 9875252850 कौलां जी भलाई केंद्र ट्रस्ट अते भाई गुरु इकबाल सिंह जी दी अनमुली देन धार्मिक रसाला सिफत सलाह इस विच अध्यात्मिक विचार पंच खंड की हन निमरता निर्वैरता दया तीरज ਘੱਟ ਬੋਲਣਾ ਘੱਟ ਖਾਣਾ ਘੱਟ ਸੌਣਾ ਜੀਵਨ 'ਚ ਕੈਸਾ ਹੋਵੇ ਇਸ ਤੋਂ ਇਲਾਵਾ ਸਵਾਲਨਾਮਾ ਜ਼ਿੰਦਗੀ ਦੀਆਂ ਬਾਰੀਕੀਆਂ ਹੱਡ ਬੀਤੀਆਂ ਬਾਲ ਸਿੱਖਿਆ ਨਿੱਕੀਆਂ ਗੱਲਾਂ ਵੱਡੇ ਅਸਰ ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 9875252850